ਹਾਂਜੀ ਦੋਸਤੋ ਤਰਕਸ਼ੀਲ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ ਲੈ ਕੇ ਤਰਕ ਦੀਆਂ ਕੁਝ ਹੋਰ ਗੱਲਾਂ ਦੋਸਤੋ ਜਿੱਥੇ ਭਾਰਤ ਦੇ ਪੰਜ ਰਾਜਾਂ ਦੇ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਹੈ ਅਤੇ ਕੈਂਡੀਡੇਟਸ ਨੇ ਆਪਣੇ ਆਪਣੇ ਜੋਰ ਰਜ਼ਮਾਈ ਸ਼ੁਰੂ ਕਰ ਦਿੱਤੀ ਹੈ। ਆਰ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਅਭਿਆਨ ਜਿਹੜਾ ਕਿ ਵੋਟਾਂ ਦਾ ਬਿਆਨ ਹੁੰਦਾ ਹੈ ਜਿਸ ਦੇ ਵਿੱਚ ਨੇਤਾ ਲੋਕਾਂ ਦੇ ਘਰਾਂ ਤੱਕ ਪਹੁੰਚਦੇ ਹਨ ਅਤੇ ਉਹਨਾਂ ਨੂੰ ਆਪਣੇ ਆਪ ਨੂੰ ਚੁਣੇ ਜਾਣ ਦੇ ਲਈ ਪੇਸ਼ ਕਰਦੇ ਹਨ ਉਸ ਦੇ ਵਿੱਚ ਹੀ ਉਹ ਲਾਰੇ ਲਾਉਂਦੇ ਹਨ। ਅਤੇ ਅਗਲੀ ਵਾਰੀ ਲਈ ਫੇਰ ਜਿਤ ਜਾਂਦੇ ਹਨ ਤੇ ਇਹ ਜਿਹੜਾ ਤਰੀਕਾ ਹੈਗਾ ਪਿਛਲੇ 70 75 ਸਾਲ ਤੋਂ ਭਾਰਤ ਦੀ ਰਾਜਨੀਤੀ ਦੇ ਵਿੱਚ ਚੱਲ ਰਿਹਾ ਇਸ ਨੇ ਕਿੰਨੀ ਕੁ ਤਬਦੀਲੀ ਲਿਆਂਦੀ ਹੈ ਉਹ ਸਾਡੇ ਤੁਹਾਡੇ ਸਾਹਮਣੇ ਹੈ ਪਰ ਇਸ ਦੇ ਵਿੱਚ ਹੀ ਇੱਕ ਨਵੀਂ ਗੱਲ ਜਿਹੜੀ ਇਸ ਵੇਲੇ ਵਾਰੀ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਕਿਸਾਨਾਂ ਦੇ ਇੱਕ ਗਰੁੱਪ ਨੇ ਐਲਾਨ ਕੀਤਾ ਹੈ ਕਿ ਉਹ ਚੋਣਾ ਲੜਨਗੇ ਤੇ ਸੰਬੰਧਿਤ ਕਰਾਂਗੇ ਅੱਜ ਅਸੀਂ ਗੱਲ ਤਰਕ ਦੀਆਂ ਗੱਲਾਂ ਦੇ ਵਿੱਚ ਅੱਜ ਇਥੇ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਜਿਹੜੀ ਹੈਗੀ ਆ ਉਹ ਹੋਈ ਹੈ। ਏਕਤਾ ਉਗਰਾਹਾਂ ਦੀ ਸੂਬਾ ਕਮੇਟੀ ਮੀਟਿੰਗ 'ਚ ਚੋਣਾਂ ਦੌਰਾਨ ਚੇਤਨਾ ਮਹਮ ਚਲਾਉਣ ਦਾ ਫੈਸਲਾ ਕੀਤਾ ਹੈ। ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾ ਨੇ ਦੱਸਿਆ ਹੈ ਕਿ ਜੱਥੇਬੰਦੀ ਦੀ ਨੀਤੀ ਚੋਣਾਂ ਦੇ ਬਾਈਕਾਟ ਦੀ ਨਹੀਂ ਬਲਕਿ ਨਿਰਲੇਪ ਰਹਿੰਦੀ ਹੈ। ਜਿੱਥੇ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਯੂਨੀਅਨ ਦੁਆਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਦੇ ਵਿੱਚੋਂ ਇਹ ਪ੍ਰਭਾਵ ਗਿਆ ਸੀ ਕਿ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਚੋਣਾਂ ਦਾ ਬਾਈਕਾਟ ਕਰ ਰਹੀ ਹੈ ਉਸ ਦਾ ਸਪਸ਼ਟਿਕਰਨ ਇਹਦੇ ਵਿੱਚ ਦਿੱਤਾ ਗਿਆ ਕਿ ਉਹ ਬਾਈਕਾਟ ਨਹੀਂ ਕਰ ਰਹੇ ਉਹ ਨਿਰਲੇਪ ਰਹਿਣਗੇ ਇਸ ਦੇ ਵਿੱਚ ਜਿਸ ਮੁਤਾਬਕ ਕਿਸੇ ਵੀ ਪੱਧਰ ਦੀਆਂ ਸਰਕਾਰੀ ਚੋਣਾਂ ਵਿੱਚ ਜਥੇਬੰਦੀ ਦਾ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ ਦਾ ਕੋਈ ਵੀ ਆਗੂ ਨਾ ਤਾਂ ਆਪ ਉਮੀਦਵਾਰ ਖੜਾ ਕਰ ਸਕਦਾ ਹੈ ਤੇ ਨਾ ਹੀ ਕਿਸੇ ਉਮੀਦਵਾਰ ਦੀ ਹਮਾਇਤ ਕਰ ਸਕਦਾ ਹੈ ਇਹਨਾਂ ਨੇ ਕਿਹਾ ਹੈ ਹਰ ਇੱਕ ਜਥੇਬੰਦੀ ਮੈਂਬਰ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਦਾ ਜਾਂ ਨਾ ਪਾਉਣ ਦਾ ਫੈਸਲਾ ਕਰਨ ਦਾ ਉਹਦਾ ਆਪਣਾ ਹੱਕ ਹੈ ਉਹਨਾਂ ਨੇ ਕਿਹਾ ਕਿ ਚੋਣਾਂ ਲੜ ਰਹੀਆਂ ਸਾਰੀਆਂ ਪਾਰਟੀਆਂ ਕਿਸਾਨਾਂ ਸਮੇਤ ਸਾਰੇ ਕੀਰਤੀ ਲੋਕਾਂ ਵਿੱਚ ਵੰਡੀਆਂ ਪਾ ਕੇ ਉਹਨਾਂ ਦੀ ਤਾਕਤ ਨੂੰ ਲੀਰੋ-ਲੀਰ ਕਰਦੀਆਂ ਹਨ ਜਦੋਂ ਕਿ ਉਹਨਾਂ ਦੇ ਭਖ ਦੇ ਅਤੇ ਬੁਨਿਆਦੀ ਮਸਲਿਆਂ ਦਾ ਹੱਲ ਏਕਤਾ ਅਤੇ ਸੰਘਰਸ਼ ਰਹੇ ਹੀ ਹੁੰਦਾ ਹੈ। ਉਹਨਾਂ ਨੇ ਦੱਸਿਆ ਕਿ 15 ਜਨਵਰੀ ਨੂੰ ਹੋ ਰਹੀ ਸਿਯੁਕਤ ਕਿਸਾਨ ਮੋਰਚੇ ਦੀ ਕੌਮੀ ਮੀਟਿੰਗ ਤੋਂ ਤੁਰੰਤ ਬਾਅਦ ਇਸ ਚੇਤਨਾ ਮਹਿੰਮ ਦੀ ਵਿਉਤਮੰਦੀ ਉਲੀਕ ਕੇ ਜਥੇਬੰਦੀ ਦੇ ਆਧਾਰ ਵਾਲੇ ਸਾਰੇ ਜ਼ਿਲ੍ਹਿਆਂ ਵਿੱਚ ਸਿੱਖਿਆ ਮਹਿੰਮਾਂ ਦੀ ਸ਼ੁਰੂਆਤ ਕੀਤੀ ਜਾਏਗੀ। ਉਹਨਾਂ ਨੇ ਅੱਗੇ ਕਿਹਾ ਕਿ ਸਿੱਖਿਆ ਮਹਿੰਮਾਂ ਦੀ ਤਿਆਰੀ ਵਾਸਤੇ ਹਰ ਪੱਧਰ ਦੀਆਂ ਆਗੂ ਟੀਮਾਂ ਨੂੰ ਲੈਸ ਕਰਨਾ ਤੇ ਹੋਰ ਜਥੇਬੰਦਕ ਆਗੂਆਂ ਸਮੇਤ ਆਮ ਲੋਕਾਂ ਤੱਕ ਇਸ ਵਿਸ਼ੇ ਸੰਬੰਧੀ ਜਥੇਬੰਦੀ ਦੀ ਪੂਰੀ ਸਮਝ ਸੰਖੇਪ ਰੂਪ ਵਿੱਚ ਬਿਆਨ ਦਾ ਹੱਥ ਲਿਖਤ ਪਰਚਾ 1 ਲੱਖ ਦੀ ਗਿਣਤੀ ਵਿੱਚ ਵੰਡਿਆ ਜਾਏਗਾ ਅਤੇ ਅੱਜ ਸਾਰੇ ਜ਼ਿਲ੍ਹਿਆਂ ਨੂੰ ਇਹ ਸੌਂਪ ਦਿੱਤਾ ਗਿਆ ਹੈ ਕਿਸਾਨਾਂ ਦੇ ਖੇਤ ਮਜ਼ਦੂਰਾਂ ਨੂੰ ਕਰਜ਼ਿਆਂ ਖੁਦਕਸ਼ੀਆਂ ਤੋਂ ਮੁਕਤੀ ਦਿਵਾਉਣ ਵਾਲੇ ਮਹਮ ਵਾਲੇ ਅਹਿਮ ਮੁੱਦੇ ਜ਼ਮੀਨੀ ਸੁਧਾਰ ਲਾਗੂ ਕਰਕੇ ਜ਼ਮੀਨਾਂ ਦੀ ਕਾਣੀ ਵੰਡ ਦਾ ਖਾਤਮਾ ਸੂਤਖੋਰੀ ਦਾ ਖਾਤਮਾ ਕਰਨ ਤੋਂ ਇਲਾਵਾ ਸਮੂਹ ਕਿੱਤਿਆਂ ਦੀ ਜੂਨ ਤਬਾਹ ਕਰਨ ਵਾਲੇ ਨਿੱਜੀਕਰਨ ਵਪਾਰੀਕਰਨ ਸੰਸਾਰੀਕਰਨ ਦੀਆਂ ਨਸ਼ਿਆਂ ਵਰਗੇ ਮੁੱਦਿਆਂ ਬਾਰੇ ਇਹਨਾਂ ਦੇ ਹੱਲ ਲਈ ਜਾਨ ਖੁਲਾਵੇਂ ਸੰਘਰਸ਼ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਇਹਨਾਂ ਦਾ ਇਹ ਤੀਜਾ ਹੈ ਇਹਦੇ ਨਾਲ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਇਹ ਤੈਅ ਕਰ ਦਿੱਤਾ ਹੈ ਕਿ ਸਾਡੀ ਜਿਹੜੀ ਵੋਟ ਪੋਲਿਟਿਕਸ ਹੈਗੀ ਆ ਭਾਰਤ ਦੀ ਉਹਨੇ 70-75 ਦੇ ਸਾਲ ਦੇ ਵਿੱਚ ਸਾਲਾਂ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਖਾਸ ਤਬਦੀਲੀ ਨਹੀਂ ਲਿਆਂਦੀ ਸਗੋਂ ਇਹ ਵੋਟਾਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਸਾਡੇ ਕਿਰਤ ਸਾਡੇ ਕੀਰਤੀ ਨੂੰ ਲੋਕਾਂ ਨੂੰ ਆਪਸ ਵਿੱਚ ਵੰਡਦੀਆਂ ਨੇ ਅਤੇ ਸਾਡੇ ਜਿਹੜਾ ਸੰਘਰਸ਼ ਮੇਨ ਹੈਗਾ ਹੁਣ ਸਾਨੂੰ ਮੁੱਦਿਆਂ ਤੋਂ ਖੁੰਝਾਉਂਦੀਆਂ ਨੇ ਅਤੇ ਅਸੀਂ ਸਾਨੂੰ ਇੱਕ ਝੂਠੇ ਤਲਾਸ਼ੇ ਦੇ ਕੇ ਤੁਰਦੀਆਂ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਰਾਹ ਹੈ ਉਹ ਸੰਘਰਸ਼ਾਂ ਦਾ ਰਾਹ ਰਹੇਗਾ ਅਤੇ ਉਹ ਸੰਘਰਸ਼ਾਂ ਦੇ ਰਾਹੇ ਲੋਕਤੰਤ੍ਰਿਕ ਤਰੀਕੇ ਦੇ ਨਾਲ ਆਪਣੇ ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਰੱਖਦੀਆਂ ਰਹਿਣਗੀਆਂ ਅਤੇ ਲੱਗੀਆਂ ਰਹਿਣਗੀਆਂ ਤੇ ਇਸੇ ਤੋਂ ਹੀ ਉਹਨਾਂ ਨੂੰ ਆਸ ਨਜ਼ਰ ਆ ਰਹੀ ਹੈ ਸਾਨੂੰ ਲੱਗਦਾ ਹੈ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੀ ਇਸ ਦੇ ਉੱਪਰ ਚਰਚਾ ਹੋਈ ਕਈਆਂ ਨੂੰ ਇਹ ਲੱਗਿਆ ਕਿ ਦੇਖੋ ਜੇ ਸਾਡੇ ਬੰਦੇ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ ਨਹੀਂ ਹੋਣਗੇ ਤਾਂ ਸਾਡੇ ਮੁੱਦੇ ਨਹੀਂ ਪ੍ਰੈਜ਼ੈਂਟ ਕਰ ਪਾਣਗੇ ਪਰ ਜਿਸ ਤਰੀਕੇ ਦੀਆਂ ਸਿਸਟਮ ਚੱਲ ਰਿਹਾ ਹੈ ਉਸ ਦੇ ਵਿੱਚੋਂ ਲੱਗ ਨਹੀਂ ਰਿਹਾ ਕਿ ਸਾਡੇ ਬੰਦੇ ਜੇਕਰ ਅੰਦਰ ਬੈਠੇ ਵੀ ਹੋਣਗੇ ਤਾਂ ਸਾਡੇ ਲਈ ਕੁਝ ਕਰ ਪਾਉਂਦੇ ਹੋਣਗੇ ਕਿਉਂਕਿ ਨੀਤੀਆਂ ਵਰਲਡ ਲੈਵਲ ਤੋਂ ਬਣ ਕੇ ਆਉਂਦੀਆਂ ਅਤੇ ਇੱਥੇ ਕਾਰਪੋਰੇਟ ਦੇ ਰਾਹੀਂ ਉਹ ਠੋਸ ਦਿੱਤੀਆਂ ਜਾਂਦੀਆਂ ਨੇ ਜਿੰਨੇ ਪਾਰਲੀਮੈਂਟਰੀਅਨ ਚਾਹੇ ਹੋ ਸਾਡਾ ਕਹਿ ਦੋ ਚਾਹੇ ਉਹ ਕਿਰਤਿਆਂ ਦਾ ਕਹਿ ਦੋ ਚਾਹੇ ਉਹ ਮੁਲਾਜਮਾਂ ਦਾ ਕਹਿ ਦੋ ਕਿਸੇ ਦਾ ਵੀ ਕਹਿ ਦੋ ਉਹ ਥਾਂ ਦੇ ਉੱਪਰ ਜਾ ਕੇ ਉਹ ਬੇਬਸ ਹੋ ਜਾਂਦੇ ਆ ਤੇ ਅਲਟੀਮੇਟਲੀ ਜੋ ਕੁਝ ਪਿਛਲੇ 70 ਸਾਲਾਂ ਦੀ ਰਾਜਨੀਤੀ ਦੇ ਸਮੇਂ ਤੋਂ ਚੱਲ ਰਿਹਾ ਉਹੀ ਲਗਾਤਾਰ ਚੱਲ ਰਿਹਾ ਇਸ ਕਰਕੇ ਸਾਨੂੰ ਲੱਗਦਾ ਕਿ ਇਹ ਜਿਹੜਾ ਰਸਤਾ ਹੈ ਇਹ ਸਹੀ ਰਸਤਾ ਹੈ ਅਸੀਂ ਇਸ ਦੀ ਪ੍ਰੋਤਤਾ ਕਰਦੇ ਹਾਂ ਅਤੇ ਅਜਿਹੇ ਚੇਤਨਾ ਮੁਹਿੰਮਾਂ ਸਮੇਂ ਦੀਆਂ ਜ਼ਰੂਰਤਾਂ ਹਨ ਕਿਉਂਕਿ ਜੇਕਰ ਲੋਕ ਜਾਗਰੂਕ ਹੋਣਗੇ ਤਾਂ ਉਹ ਸਹੀ ਤਰੀਕੇ ਨਾਲ ਆਪਣੇ ਨੇਤੇ ਵੀ ਨੇਤਾ ਵੀ ਚੁਣ ਸਕਦੇ ਆ ਅਤੇ ਸਹੀ ਤਰੀਕੇ ਨਾਲ ਉਹ ਪਾਰਲੀਮੈਂਟ ਅਤੇ ਉਹ ਸਹੀ ਤਰੀਕੇ ਨਾਲ ਲੋਕਤੰਤਰੀਕ ਪ੍ਰੋਸੈਸ ਦਾ ਹਿੱਸਾ ਵੀ ਬਣ ਸਕਦੇ ਆ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਇਹ ਜਿਹੜਾ ਚੁਣਿਆ ਹੋਇਆ ਰਸਤਾ ਹੈ ਇਹ ਸਹੀ ਹੈ ਤੇ ਇਹ ਇਹ ਇਦੇ ਉੱਪਰ ਪੈਰ ਦਾ ਪੈਰਾ ਦੇਣਾ ਬਣਦਾ ਹੈ ਦੋਸਤੋ ਤੁਸੀਂ ਸਾਡੇ ਨਾਲ ਤਰਕਸ਼ੀਲ ਟੀਵੀ ਤੇ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਮਿਲਾਂਗੇ ਕਿਸੇ ਨਵੀਂ ਚਰਚਾ ਨੂੰ ਲੈ ਕੇ ਸ਼ੁਕਰੀਆ ਫਾਰ ਮੋਰ ਕੰਟੈਂਟਸ ਰਿਲੇਟਡ ਟੂ ਰੈਸ਼ਨਲ ਥਿੰਕਿੰਗ ਸਬਸਕ੍ਰਾਈਬ ਅਬਲ ਤਰਕਸ਼ੀਲ ਟੀਵੀ ਚੈਨਲ ਨਾਓ